ਗੁਰੂ ਨਾਨਕ ਸਾਹਿਬ ਆਪਣੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਕਾਲ ਖਾਇਕਿ ਸੱਥੋਂ ਦੇ ਨਾਨਕ ਰਾ ਪਛਾਣੇ ਸੇ ਮਤਲਬ ਗੁਰੂ ਸਾਹਿਬ ਨੇ ਸਾਨੂੰ ਕੀਰਤ ਕਰਨ ਦੀ ਪ੍ਰੇਰਣਾ ਦਿੱਤੀ ਹੈ ਤੇ ਅਸੀਂ ਆਪਣੀ ਕੀਰਤ ਕਰਕੇ ਵੰਡ ਕੇ ਵੀ ਛਕਣਾ ਇਹੀ ਗੁਰਨਾਨਕ ਸਾਹਿਬ ਦਾ ਸਾਡੇ ਮਹਾਂਪੁਰਖਾਂ ਦਾ ਜਿਹੜਾ ਸਨੇਹਾ ਤੇ ਪੈਗਾਮ ਹੈ ਤੇ ਪਰ ਅੱਜ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਅੰਦਰ ਇਹ ਹਾਲਾਤ ਬਣੇ ਹੋਏ ਨੇ ਕਿ ਹਰ ਇੱਕ ਬੱਚਾ ਹਰ ਇੱਕ ਨੌਜਵਾਨ ਇਹ ਸੋਚਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਹਰ ਚਲਾ ਜਾਵਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਆਪਣਾ ਮੁਲਕ ਛੱਡ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਰਪ ਜਾਂ ਇੰਗਲੈਂਡ ਦੇ ਵਿੱਚ ਸੈਟਲ ਹੋ ਜਾਵਾਂ ਪਰ ਜੇਕਰ ਅਸੀਂ ਇਮਾਨਦਾਰੀ ਦੇ ਨਾਲ ਆਪਣੇ ਦੇਸ਼ ਦੇ ਵਿੱਚ ਮਿਹਨਤ ਕਰੀਏ ਮੁਸੱਕਤ ਕਰੀਏ ਤਾਂ ਅਸੀਂ ਆਪਣੇ ਦੇਸ਼ ਦੇ ਵਿੱਚ ਵੀ ਸਫਲ ਹੋ ਸਕਦੇ ਹਾਂ ਆਓ ਅੱਜ ਐਸੇ ਹੀ ਪੰਜਾਬ ਦੇ ਇੱਕ ਨੌਜਵਾਨ ਵੀਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਜਿਹੜਾ ਵੀਰ ਆਪਣੀ ਮਿਹਨਤ ਦੇ ਨਾਲ ਇਹ ਸਾਬਤ ਕਰ ਰਿਹਾ ਹੈ ਕਿ ਜੇਕਰ ਕਿਸੇ ਇਨਸਾਨ ਨੇ ਸਫਲ ਹੋਣਾ ਹੈ ਤਾਂ ਉਹ ਆਪਣੇ ਦੇਸ਼ ਆਪਣੇ ਮੁਲਕ ਦੇ ਵਿੱਚ ਵੀ ਹੋ ਸਕਦਾ ਹੈ ਆਓ ਉਸ ਵੀਰ ਦੇ ਨਾਲ ਮੁਲਾਕਾਤ ਕਰਾਈਏ ਆਓ ਤੁਹਾਡੀ ਮੁਲਾਕਾਤ ਕਰਾਉਣੇ ਆ ਮਿਹਨਤ ਦੇ ਜਜ਼ਬੇ ਵਿੱਚ ਵਿਸ਼ਵਾਸ ਰੱਖਣ ਵਾਲੇ ਜਸਵੀਰ ਸਿੰਘ ਦੇ ਨਾਲ ਜਸਵੀਰ ਸਿੰਘ ਜੀ ਤੁਹਾਡਾ ਡੀਟੀਵੀ ਪੰਜਾਬੀ ਦੇ ਉੱਤੇ ਸਵਾਗਤ ਹੈ ਜੀ ਧੰਨਵਾਦ ਜੀ ਤੇ ਜਸਵੀਰ ਸਿੰਘ ਜੀ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਸੀ ਪਿਛਲੇ ਸਮੇਂ ਦੇ ਵਿੱਚ ਕਿ ਤੁਸੀਂ ਜਿਹੜਾ ਆਪਣਾ ਰਾਇਕੋਟ ਤੋਂ ਮੁੱਲਾਪੁਰ ਰੋਡ ਆ ਉਹਦੇ ਉੱਤੇ ਤੁਸੀਂ ਜਿਹੜਾ ਛੋਟੇ ਹਾਥੀ ਦੇ ਵਿੱਚ ਅ ਸ਼ੋਲੇ ਪਟੂਰੇ ਤੇ ਸਮੋਸਿਆਂ ਦੀ ਇੱਕ ਦੁਕਾਨ ਚਲਾਉਂਦੇ ਆ ਮੋਬਾਈਲ ਦੁਕਾਨ ਚਲਾਉਂਦੇ ਆ ਸੋ ਤੁਹਾਨੂੰ ਦੇਖ ਕੇ ਤੁਹਾਡੀ ਮਿਹਨਤ ਨੂੰ ਦੇਖ ਕੇ ਅਸੀਂ ਤੁਹਾਡੇ ਕੋਲੇ ਆਏ ਆ ਤਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਜਾਂ ਸਾਡੇ ਨੌਜਵਾਨ ਨੇ ਪੰਜਾਬ ਦੇ ਉਹਨਾਂ ਨੂੰ ਦੇਸ਼ ਵਿੱਚ ਰਹਿ ਕੇ ਮਿਹਨਤ ਕਰਨ ਦੀ ਸਿੱਖਿਆ ਤੇ ਪ੍ਰੇਰਣਾ ਮਿਲ ਸਕੇ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਬਾਰੇ ਤੇ ਤੁਹਾਡੇ ਪਰਿਵਾਰ ਤੇ ਪਿਛੋਕੜ ਬਾਰੇ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਤੁਹਾਡਾ ਸਾਰਾ ਪਿਤਾ ਪਿਤਾਪੁਰਖੀ ਕਿਤਾ ਕੀ ਹੈ ਤੇ ਕੀ ਤੁਸੀਂ ਆਪਣਾ ਥੋੜਾ ਪਰਿਵਾਰ ਦਾ ਪਿਛੋਕੜ ਹੈ ਜੀ ਦੇਖੋ ਜੀ ਮੈਂ ਪਿੰਡ ਗੁੰਦਵਾਲ ਦੇ ਵਿੱਚ ਰਹਿਣ ਵਾਲਾ ਹਾਂ ਤੇ ਅਸੀਂ ਬਹੁਤ ਗਰੀਬ ਪਰਿਵਾਰ ਦੇ ਹੈਗੇ ਆ ਸਾਡੇ ਮੇਰੇ ਪਿਤਾ ਜੀ ਮਜ਼ਦੂਰੀ ਕਰਦੇ ਨੇ ਖੇਤੀ ਦਾ ਕੰਮ ਕਰਦੇ ਆ ਤੇ ਮੈਂ ਆਪਣਾ ਜਿਹੜਾ ਛੋਲੇ ਭਟੂਰਿਆਂ ਦਾ ਕੰਮ ਤੇ ਸਮੋਸੇ ਬਣਾਉਣਾ ਵਾ ਵੀ ਉਹਦਾ ਕੰਮ ਚੱਲ ਰਿਹਾ ਵਾ ਤੇ ਬਾਕੀ ਨਾਲ ਦੀ ਨਾਲ ਸੀਜ਼ਨ ਜੋ ਬਿਸਕਟਾਂ ਦਾ ਲੱਗ ਰਿਹਾ ਵਾ ਉਹਦੇ ਵਿੱਚ ਵੀ ਕੰਮ ਕਰਦਾ ਹਾਂ ਹਾਂ ਠੀਕ ਆ ਜੀ ਤੇ ਕਿਸ ਤਰ੍ਹਾਂ ਮਤਲਬ ਤੁਹਾਨੂੰ ਲੱਗਦਾ ਵਾ ਜਿਵੇਂ ਕਿ ਅੱਜ ਕੱਲ ਆਪਾਂ ਦੇਖਦੇ ਆ ਕਿ ਜਿਹੜੇ ਸਾਡੇ ਨੌਜਵਾਨ ਨੇ ਪੰਜਾਬ ਦੇ ਚਾਹੇ ਉਹ ਲੜਕੇ ਨੇ ਚਾਹੇ ਲੜਕੀਆਂ ਨੇ ਉਹ ਸਾਰੇ ਇਹ ਚੀਜ਼ ਸੋਚਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਬਾਹਰ ਚਲੇ ਜਾਈਏ ਤੇ ਤੁਸੀਂ ਤੁਸੀਂ ਨੇ ਕੋਈ ਇਦਾਂ ਦਾ ਸੁਪਨਾ ਆਪਣੇ ਮਨ 'ਚ ਪਾਲਿਆ ਸੀਗਾ ਵੀ ਮੈਂ ਵੀ ਵੀ ਕਿਸੇ ਦੂਸਰੇ ਮੁਲਕ 'ਚ ਜਾ ਕੇ ਕੋਈ ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਆਉਣ ਵਾਲੇ ਸਮੇਂ ਨੂੰ ਵਧੀਆ ਬਣਾਵਾ ਦੇਖੋ ਜੀ ਹੁਣ ਅੱਜ ਕੱਲ ਦੇ ਵਿੱਚ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਮਜ਼ਦੂਰੀ ਤੋਂ ਨਾਲ ਕੁਝ ਵੀ ਨਹੀਂ ਬਣਦਾ ਪਰ ਫਿਰ ਵੀ ਜੇ ਬੰਦਾ ਚਾਵੇ ਤਾਂ ਬਹੁਤ ਕੁਝ ਕਰ ਸਕਦਾ ਵਾ ਜਿਵੇਂ ਕਿ ਕੋਈ ਮਿਹਨਤ ਕਰਨੀ ਹੋਵੇ ਤਾਂ ਇੱਥੇ ਵੀ ਬਹੁਤ ਕੁਝ ਹੋ ਸਕਦਾ ਵਾ ਅਸੀਂ ਤਕਰੀਬਨ ਸਾਰੇ ਜਾਣੇ ਰਲ ਕੇ ਆਪਣਾ ਕੰਮ ਚਲਾ ਰਹੇ ਹਾਂ ਜੋ ਕਿ ਮਿਹਨਤ ਹੋ ਸਕੇ ਜਿੰਨਾ ਵੀ ਹੁੰਦਾ ਗੁਜ਼ਾਰਾ ਕਰਦਾ ਆਪਣੇ ਬੱਚਿਆਂ ਨੂੰ ਪੜਾਉਣ ਲਿਖਾਉਣ ਦਾ ਵੀ ਜੋ ਕਿ ਉਹ ਆਪਦੇ ਸਮੇਂ ਵਿੱਚ ਆ ਕੇ ਵਧੀਆ ਆਪਦੀ ਲਾਈਫ ਬਣਾ ਸਕਣ ਅ ਜਿਵੇਂ ਕਿ ਤੁਹਾਡੇ ਨਾਲ ਤੁਹਾਡੇ ਜੀਵਨ ਸਾਥੀ ਤੁਹਾਡੇ ਪਤਨੀ ਭੈਣ ਤੁਹਾਡੇ ਨਾਲ ਹੈਲਪ ਕਰਦੇ ਨੇ ਤੇ ਉੱਥੇ ਵੀ ਕਈ ਵਾਰੀ ਵੇਖਦਾ ਹੁੰਦਾ ਸੀਗਾ ਵੀ ਤੇ ਕਾਫੀ ਤੁਹਾਡੀ ਹੈਲਪ ਕਰਦੇ ਹੁੰਦੇ ਸੀ ਤੇ ਮਤਲਬ ਜਿੱਦਾਂ ਕਿ ਬਾਹਰ ਵੀ ਇਦਾਂ ਹੁੰਦਾ ਵੀ ਪਰਿਵਾਰ ਦੇ ਸਾਰੇ ਮੈਂਬਰ ਕੋਈ ਨਾ ਕੋਈ ਕੰਮ ਕਰਦੇ ਨੇ ਸਫਲਤਾ ਮਿਲਦੀ ਹੈ ਤੇ ਕੀ ਤੁਹਾਡਾ ਵੀ ਇਹੀ ਆਪਣਾ ਇੱਕ ਸੋਚ ਆ ਵੀ ਜੇ ਸਾਰਾ ਪਰਿਵਾਰ ਰਲ ਕੇ ਮਿਹਨਤ ਕਰੇਗਾ ਤਾਂ ਅਸੀਂ ਸਫਲ ਹੋ ਸਕਦੇ ਹਾਂ ਦੇਖੋ ਜੀ ਮਿਹਨਤ ਤਾਂ ਕੋਈ ਵੀ ਹੈ ਇਦਾਂ ਕਿ ਜੋ ਬਾਹਰ ਕਰਦੇ ਨੇ ਉਹ ਵੀ ਸਾਰਾ ਪਰਿਵਾਰ ਰਲ ਕੇ ਕਰਦਾ ਵਾ ਜਿੱਦਾਂ ਕਿ ਵੀ ਹੁਣ ਬਾਹਰ ਦੇਖਿਆ ਆਪਾਂ ਹਰ પતિ ਪਤਨੀ ਰਲ ਕੇ ਕੰਮ ਕਰਦੇ ਨੇ ਜੇ ਆਪਾਂ ਚਾਹੀਏ ਇੱਧਰ ਵੀ ਹੋ ਸਕਦਾ ਵਾ ਸਾਰਾ ਕੁਝ ਜਿੱਦਾਂ ਕਿ ਵੀ ਹੁਣ ਚੱਲ ਰਿਹਾ ਕੰਮ ਜੇ ਨਾਲ ਕਰ ਰਹੇ ਆ ਤਾਂ ਕੁਛ ਤਾਂ ਕੁਛ ਫਾਇਦਾ ਹੁੰਦਾ ਹੀ ਆ ਤੇ ਤੁਹਾਨੂੰ ਕੁਛ ਏਦਾਂ ਦਾ ਤਾਂ ਮਹਿਸੂਸ ਤਾਂ ਨਹੀਂ ਹੋ ਰਿਹਾ ਇੱਥੇ ਪੰਜਾਬ ਵਿੱਚ ਰਹਿ ਕੇ ਮਿਹਨਤ ਮਜ਼ਦੂਰੀ ਕਰਦੇ ਆ ਵੀ ਮੈਂ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਖੁਸ਼ ਨਹੀਂ ਹੈਗਾ ਕੀ ਤੁਸੀਂ ਆਪਣੀ ਇਸ ਮਿਹਨਤੀ ਜ਼ਿੰਦਗੀ ਦੇ ਵਿੱਚ ਖੁਸ਼ ਹੈਗੇ ਹੋ ਹਾਂਜੀ ਬਹੁਤ ਖੁਸ਼ ਹਾਂ ਜੀ ਦੇਖੋ ਹੁਣ ਕੰਮ ਚੱਲ ਰਿਹਾ ਵਾ ਮੇਰੇ ਪਤਨੀ ਜੀ ਬੈਠੇ ਨੇਗੇ ਵੀ ਜੋ ਕੇ ਨਾਲ ਕੰਮ ਕਰਵਾ ਰਹੇ ਨੇ ਕਿ ਅਸੀਂ ਵਧੀਆ ਖੁਸ਼ਹਾਲੀ ਨਾਲ ਰੋਟੀ ਪਾਣੀ ਖਾਣੇ ਆ ਵਧੀਆ ਲਾਈਫ ਚੱਲ ਰਹੀ ਹੈ ਸਾਡੀ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਨਾ ਵੀ ਵੱਡੀ ਗੱਡੀ ਹੋਵੇ ਵੱਡਾ ਘਰ ਹੋਵੇ ਤੇ ਵਧੀਆ ਕੱਪੜੇ ਪਾਈਏ ਵਧੀਆ ਠਾਠ ਬਾਠ ਦੇ ਨਾਲ ਰਹੀਏ ਪਰ ਜਿੱਸਾ ਉਹਨਾਂ ਦੇਖਿਓ ਤੁਸੀਂ ਮਿਹਨਤ ਵੀ ਕਰਦੇ ਹੋ ਤੇ ਪਰ ਤੁਹਾਡੀ ਲਾਈਫ ਦਾ ਜਿਹੜਾ ਸਟਾਈਲ ਆ ਬੜਾ ਸਧਾਰਨ ਜਾਂ ਬੜਾ ਆਮ ਜਿਹਾ ਵਾ ਤੇ ਤੁਹਾਨੂੰ ਕਦੇ ਨਹੀਂ ਦੇਖ ਕੇ ਮਹਿਸੂਸ ਹੁੰਦਾ ਵੱਡੀਆਂ ਕੋਠੀਆਂ ਕਾਰਾਂ ਨੂੰ ਵੀ ਮੇਰੇ ਕੋਲੇ ਵੀ ਇਦਾਂ ਦਾ ਹੋਵੇ ਮਨ ਤਾਂ ਜ਼ਰੂਰ ਬਹੁਤ ਕਰਦਾ ਜੀ ਵੀ ਇਹ ਜਾਂ ਇਦਾਂ ਘੁੰਮੇ ਫਿਰੇ ਪਰ ਮਿਹਨਤ ਵੀ ਜ਼ਰੂਰੀ ਹੈ ਜੇ ਹੁਣ ਕਰਾਂਗੇ ਨਾ ਤਾਂ ਖਾਵਾਂਗੇ ਕਿੱਥੋਂ ਜਿਉਂ ਕਮਾਈ ਹੋਊਗੀ ਫੇਰ ਹੀ ਕੋਸਊਗਾ ਜੀ ਆਪਾਂ ਮਿਹਨਤ ਕਰਦੇ ਆ ਜੀ ਜਿਦਾਂ ਕਿ ਵੀ ਹੁਣ ਕੰਮ ਕਰ ਰਹੇ ਆ ਜੇ ਪੈਸੇ ਦੁੱਧ ਜੜਨਗੇ ਤਾਂ ਕੁਝ ਵੀ ਕਰ ਸਕਦੇ ਆ ਜੀ ਹੁਣ ਜੀ ਦਾ ਕਰਦਾ ਬਥੇਰਾ ਵੀ ਕੋਠੀਆਂ ਚ ਰਹੀਏ ਸਾਹੀ ਠਾਠ ਰਹੀਏ ਜੀ ਪਰ ਕੰਮ ਹੁਣ ਕੀ ਕਰੀਏ ਮਜਬੂਰੀ ਆ ਕੰਮ ਵੀ ਕਰਨਾ ਜ਼ਰੂਰੀ ਆ ਜੇ ਨਹੀਂ ਕਰਾਂਗੇ ਤਾਂ ਤੁਸੀਂ ਆਪ ਹੀ ਸਨ ਸਕਦੇ ਹੋ ਵੀ ਕਿੱਦਾਂ ਦਾ ਚੱਲਦਾ ਵਾ ਅ ਜਿੱਦਾਂ ਕਿ ਆਪਾਂ ਦੇਖਦੇ ਆ ਨਾ ਅੱਜ ਕੱਲ੍ਹ ਸਮੇਂ ਦੇ ਨਾਲ ਜਾਂ ਕਹਿਦਗੇ ਅੱਜ ਇਨਫੋਰਮੇਸ਼ਨ ਟੈਕਨੋਲੋਜੀ ਤਕਨੀਕ ਬਹੁਤ ਆ ਗਈ ਆ ਜਿਹੜੇ ਸਾਡੇ ਰੀਤੀ ਰਿਵਾਜ ਨੇ ਉਹ ਵੀ ਹੌਲੀ ਹੌਲੀ ਘਟਦੇ ਜਾ ਰਹੇ ਨੇ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਰਸਮਾਂ ਕੀਤੀਆਂ ਜਾਂਦੀਆਂ ਨੇ ਸੌਣ ਦੇ ਮਹੀਨੇ ਵਿੱਚ ਨੜੀਆਂ ਧੀਆਂ ਹੁੰਦੀਆਂ ਕੁੜੀਆਂ ਹੁੰਦੀਆਂ ਉਹਨਾਂ ਨੂੰ ਬਿਸਕੁਟ ਕਢਾ ਕੇ ਦੇ ਕੇ ਆਂਦੇ ਆ ਤੇ ਜਿਵੇਂ ਤੁਸੀਂ ਇਹ ਆਪਣੀ ਮਿਹਨਤ ਦੇ ਹਿੱਸੇ ਵਿੱਚ ਰੱਖਿਆ ਹੋਇਆ ਕਿ ਤੁਸੀਂ ਪੱਟ ਚਲਾ ਕੇ ਬਿਸਕੁਟ ਵਗੈਰਾ ਕਢਦੇ ਹੋ ਤੇ ਅਜੋਕੇ ਸਮੇਂ ਦੇ ਵਿੱਚ ਜਿਹੜਾ ਇਹ ਰੀਤੀ ਰਿਵਾਜ ਆ ਉਹਨੂੰ ਤੁਸੀਂ ਕਿਸ ਨਿਗਾ ਨਾਲ ਦੇਖਦੇ ਹੋ ਵੀ ਤੁਹਾਨੂੰ ਕੀ ਲੱਗਦਾ ਵੀ ਅਜੋਕੇ ਸਮੇਂ ਦੇ ਵਿੱਚ ਜਿਹੜਾ ਇਹ ਰੀਤੀ ਰਿਵਾਜ ਆ ਜਿਹੜੇ ਸਾਡੇ ਪੰਜਾਬ ਦੇ ਉਹ ਅੱਗੇ ਪਰਫੁੱਲਤ ਹੋ ਰਿਹਾ ਜਾਂ ਫਿਰ ਸਮੇਂ ਦੇ ਨਾਲ ਲੁਪਤ ਹੋ ਰਹੇ ਨੇ ਦੇਖੋ ਜੀ ਹੁਣ ਮਸ਼ੀਨੀ ਯੁੱਗ ਚੱਲ ਰਿਹਾ ਵਾ ਜਿੱਦਾਂ ਕਿ ਹੁਣ ਲੱਕੜ ਦੇ ਨਾਲ ਕੰਮ ਚੱਲਿਆ ਵਾ ਪੜਤੇ ਹੁਣ ਸ਼ਹਿਰ ਦੇ ਵਿੱਚ ਮਸ਼ੀਨਾਂ ਲੱਗੀਆਂ ਬਿਜਲੀ ਵਾਲੀਆਂ ਤੇ ਉਹਦੇ ਕਰਕੇ ਥੋੜਿਆ ਕੁਸ ਕੰਮ ਘਟਿਆ ਹੋਇਆ ਤੇ ਬਾਕੀ ਹੁਣ ਸ਼ਹਿਰ ਆਪਣੇ ਪਿੰਡਾਂ ਦੇ ਵਿੱਚ ਵੀ ਇਹ ਰੀਤੀ ਰਿਵਾਜ ਥੋੜੇ ਜਿ ਘਟ ਰਹੇ ਨੇ ਕਿਉਂਕਿ ਮਾਹੌਲ ਨੂੰ ਦੇਖਿਆ ਜਾਵੇ ਤਾਂ ਅੱਜ ਕੱਲ ਲੋਕ ਬਹੁਤ ਘਟੇ ਹੋਏ ਨੇਗੇ ਇਸ ਕੰਮ ਤੋਂ ਠੀਕ ਠੀਕਾ ਜੀ ਤੇ ਭੈਣ ਜੀ ਅਸੀਂ ਤੁਹਾਨੂੰ ਇੱਕ ਸਵਾਲ ਪੁੱਛਣਾ ਸੀ ਤੇ ਜਿਵੇਂ ਤੁਸੀਂ ਵੀਰ ਜੀ ਦੇ ਨਾਲ ਕਿਉਂਕਿ ਇੱਕ ਦਰਸ਼ਕਾਂ ਨੂੰ ਅਸੀਂ ਗੱਲ ਦੱਸਦਗੇ ਕਈ ਚੈਨਲ ਜਿਹੜੇ ਹੁੰਦੇ ਨੇ ਨਾ ਉਹ ਇੰਟਰਵਿਊ ਨੂੰ ਪਲਾਂਟ ਕਰਦੇ ਆ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਪਰ ਇੱਕ ਇਹ ਜਿਹੜੀ ਇੱਕ ਜੈਨੂਅਨ ਗੱਲ ਆ ਵੀ ਅਸੀਂ ਇੱਕ ਜਿਹੜੀ ਜੈਨੂਅਨਟੀ ਜਿਹੜੀ ਇੱਕ ਰਿਐਲਿਟੀ ਆ ਉਹੀ ਆ ਅਸੀਂ ਦਰਸ਼ਕਾਂ ਨਾਲ ਰੱਖੀਏ ਇੱਥੇ ਕੋਈ ਪਲਾਂਟੇਸ਼ਨ ਨਹੀਂ ਹੈ ਅਸੀਂ ਜੋ ਸੱਚ ਹੈ ਉਹੀ ਗੱਲ ਕਰਦੇ ਆ ਤੇ ਇੱਕ ਅਸੀਂ ਮੈਂ ਫੇਰ ਬਾਰ ਇੱਕ ਵਾਰ ਫੇਰ ਦੱਸਦੇ ਆ ਕਿ ਸਾਡੀ ਜਿਹੜੀ ਕੋਸ਼ਿਸ਼ ਹੁੰਦੀ ਆ ਨਾ ਸਾਡੇ ਡੀਟੀਵੀ ਪੰਜਾਬੀ ਦੀ ਜਿਹੜੀ ਕੋਸ਼ਿਸ਼ ਆ ਅਸੀਂ ਜ਼ਮੀਨ ਨਾਲ ਜੁੜ ਕੇ ਕੰਮ ਕਰਦੇ ਆ ਜਿਹੜੇ ਜ਼ਮੀਨੀ ਪੱਤਰ ਦੇ ਉੱਤੇ ਕੋਈ ਵੀ ਕਿਸੇ ਪ੍ਰਕਾਰ ਦਾ ਕੰਮ ਹੁੰਦਾ ਨਾ ਜਾਂ ਕੋਈ ਹੀਰਾ ਵਾ ਜਾਂ ਕੋਈ ਇਹ ਜਾਂ ਸਾਡਾ ਸੂਰਮਾ ਮਾ ਜੋਧਾ ਹੈ ਜਾਂ ਫਿਰ ਕੋਈ ਕਹਿੰਦੇ ਮਿਹਨਤੀ ਸ਼ਖਸੀਅਤ ਆ ਜਾਂ ਕਿਸੇ ਵਿੱਚ ਗੁਣ ਆ ਉਹ ਸ਼ਖਸੀਅਤ ਆ ਅਸੀਂ ਉਹਦੀ ਬਾਹ ਫੜਨ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉੱਪਰ ਲਿਜਾਣ ਦੀ ਖਾਤਰ ਅਸੀਂ ਹਰ ਹੀਲੇ ਵਸੀਲੇ ਆਪਣੀ ਕੋਸ਼ਿਸ਼ ਤੇ ਕਮਿਟਮੈਂਟ ਕਰਦੇ ਆ ਸੋ ਜਿਹੜਾ ਮੇਰਾ ਅਗਲਾ ਸਵਾਲ ਆ ਭੈਣ ਜੀ ਜਿਸ ਤਰ੍ਹਾਂ ਕਿ ਤੁਸੀਂ ਵੀਰ ਦੇ ਨਾਲ ਤੁਸੀਂ ਰਲ ਕੇ ਤੁਸੀਂ ਮਿਹਨਤ ਕਰਦੇ ਹੋ ਤੇ ਜਿਵੇਂ ਕਿ ਆਮ ਤੌਰ ਤੇ ਗੱਲ ਮੰਨੀ ਜਾਂਦੀ ਆ ਕਿ ਵੀ ਅਕਸਰੀਏ ਵਿਅੰਗ ਕੱਸਿਆ ਜਾਂਦਾ ਇੱਕ ਸਟਾਇਰ ਆ ਵੀ ਹਾਂ ਵੀ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਦੇ ਜਿਹੜਾ ਇੱਛਾਵਾਂ ਨੇ ਕਦੇ ਪੂਰੀਆਂ ਨਹੀਂ ਹੁੰਦੀਆਂ ਉਹ ਕੋਈ ਨਾ ਕੋਈ ਫਰਮਾਇਸ਼ ਆਪਣੇ ਜੀਵਨ ਸਾਥੀ ਨੂੰ ਪਾਉਂਦੇ ਰਹਿੰਦੇ ਆ ਜਿਵੇਂ ਕਿ ਤੁਸੀਂ ਔਰ ਸਾਰੀਆਂ ਗੱਲਾਂ ਛੱਡ ਕੇ ਤੁਸੀਂ ਆਪਣੇ ਹਸਬੰਡ ਦੇ ਨਾਲ ਆਪਣੇ ਪਤੀ ਦੇ ਨਾਲ ਇਸ ਤਰ੍ਹਾਂ ਮਿਹਨਤ ਮਜ਼ਦੂਰੀ ਕਰ ਰਹੇ ਹੋ ਤੇ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਵੀ ਦੂਸਰੀਆਂ ਵੀ ਭੈਣਾ ਵਾਂਗੂ ਦੂਸਰੀਆਂ ਜਿਹੜੀਆਂ ਬੀਬੀਆਂ ਨੇ ਤੁਸੀਂ ਉਹਨਾਂ ਵਾਂਗੂ ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕੋ ਨਹੀਂ ਜੀ ਇਦਾਂ ਦਾ ਤਾਂ ਕਦੇ ਸੋਚਿਆ ਨਹੀਂ ਵੀ ਆਇਆ ਵੀ ਆਪਦੇ ਪਤੀ ਦੇ ਸਾਥ ਦੀਏ ਵੀ ਦੋਵੇਂ ਜੇ ਰਲ ਕੇ ਮਿਹਨਤ ਕਰਾਂਗੇ ਜੀ ਤਾਂ ਹੀ ਉਹ ਘਰ ਦਾ ਜਰਾਹੂ ਤੇ ਬੱਚੇ ਨੂੰ ਪੜਾਵਾਂਗੇ ਤੇ ਫਿਰ ਤੁਸੀਂ ਜਿਵੇਂ ਇਹਨਾਂ ਦਾ ਕੰਮ ਦੇ ਵਿੱਚ ਸਾਥ ਦਿੰਨੇ ਹੋ ਤੇ ਹੋਰ ਤੁਸੀਂ ਕਿਹੜੇ-ਕਿਹੜੇ ਨਾਲ ਤੁਹਾਡੇ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਕਰਦੀਆਂ ਜਾਂ ਹੋ ਹਾਂਜੀ ਇਹ ਤੋਂ ਬਾਅਦ ਕਰਦੀ ਜ਼ਿੰਮੇਵਾਰੀ ਆ ਜੀ ਪਰਿਵਾਰ ਨੂੰ ਵੀ ਸੰਭਣਾ ਮਾਤਾ ਪਿਤਾ ਨੇ ਉਹਨਾਂ ਨੂੰ ਸੰਭਣਾ ਬੱਚੇ ਨੂੰ ਸੰਭਣਾ ਕਰਦਾ ਕੰਮ ਕਰਕੇ ਜੀ ਫਿਰ ਇੱਥੇ ਆ ਕੇ ਕੰਮ ਕਰਵਾਈਦਾ ਜੀ ਅ ਠੀਕ ਆ ਜੀ ਚਲੋ ਵੈਸੇ ਬਹੁਤ ਵਧੀਆ ਲੱਗ ਰਿਹਾ ਕਿ ਦੋਨੋਂ ਭੈਣ ਭਰਾ ਮਤਲਬ ਪਤੀ ਪਤਨੀ ਜਿਹੜੇ ਕਿ ਸਾਡੇ ਭੈਣ ਭਰਾ ਲੱਗਦੇ ਨੇ ਅਸੀਂ ਇਹਨਾਂ ਨੂੰ ਦੇਖ ਕੇ ਸਾਨੂੰ ਇੱਕ ਇਨਸਪੀਰੇਸ਼ਨ ਮਿਲੇ ਅਸੀਂ ਜਿਹੜੇ ਪੰਜਾਬ ਦੇ ਨੌਜਵਾਨ ਨੇ ਠੱਗ ਏਜੰਟਾਂ ਦੇ ਕੋਲੇ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਨੇ ਫਿਰ ਵੀ ਉਹਨਾਂ ਨੂੰ ਕੋਈ ਰਸਤਾ ਨਹੀਂ ਮਿਲਦਾ ਫਿਰ ਵੀ ਉਹ ਆਪਣੀ ਮੰਜ਼ਿਲ ਮੁਕਾਮ ਦੇ ਉੱਤੇ ਨਹੀਂ ਪਹੁੰਚਦੇ ਲੱਖਾਂ ਰੁਪਏ ਠਗਾ ਕੇ ਫਿਰ ਵੀ ਨਰਾਸ਼ਤਾ ਦੇ ਨਾਲ ਆਪਣੇ ਘਰਾਂ ਵਿੱਚ ਬਹਿ ਜਾਂਦੇ ਆਣੇ ਕਮ ਸੇ ਕਮ ਉਹਨਾਂ ਨੂੰ ਜਸਵੀਰ ਸਿੰਘ ਗੋਂਦਵਾਲ ਤੋਂ ਇਹ ਗੱਲ ਸਿੱਖ ਲੈਣੀ ਚਾਹੀਦੀ ਆ ਵੀ ਜੇਕਰ ਅਸੀਂ ਹੱਕ ਸੱਚ ਦੀ ਮਿਹਨਤ ਕਰਾਂਗੇ ਇੱਕ ਨਾ ਇੱਕ ਦਿਨ ਅਸੀਂ ਜ਼ਿੰਦਗੀ ਦੇ ਵਿੱਚ ਸਫਲ ਹੋਵਾਂਗੇ ਸੋ ਜਸਵੀਰ ਸਿੰਘ ਜੀ ਮੈਂ ਤੁਹਾਨੂੰ ਆਖਰੀ ਸਵਾਲ ਕਰਨਾ ਚਾਹੂੰਗਾ ਕੀ ਤੁਸੀਂ ਆਪਣੀ ਜ਼ਿੰਦਗੀ ਮਿਹਨਤ ਦੇ ਅਨੁਸਾਰ ਬਤੀਤ ਕਰ ਰਹੇ ਹੋ ਤੇ ਤੁਸੀਂ ਅੱਜ ਦੇ ਨੌਜਵਾਨਾਂ ਨੂੰ ਕੀ ਪ੍ਰੇਰਣਾ ਦੇਣੀ ਚਾਹੁੰਗਾ ਕੀ ਉਹਨਾਂ ਨੂੰ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋਮੋਗੇ ਦੇਖੋ ਜੀ ਦੱਬ ਕੇ ਮਿਹਨਤ ਕਰਨੀ ਚਾਹੀਦੀ ਆ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਅੱਜ ਕੱਲ ਇੰਨੀ ਮਹਿੰਗਾਈ ਚੱਲ ਰਹੀ ਹੈ ਕਿ ਆਪਣੀ ਰੋਟੀ ਪਾਣੀ ਦਾ ਔਖਾ ਹੋਇਆ ਪਿਆ ਜਿੱਥੇ ਕਿ ਅੱਜ ਕੱਲ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਪਏ ਹੋਏ ਨੇ ਕਿ ਕੰਮ ਕੋਈ ਕਰਦੇ ਨਹੀਂ ਹੈਗੇ ਤੇ ਬਸ ਬੇਲੇ ਬਹਿਣਾ ਨਸ਼ੇ ਕਰਨੇ ਤੇ ਉਹਨਾਂ ਦੀ ਕੋਈ ਤਰੱਕੀ ਨਹੀਂ ਹੈਗੀ ਜੀ ਜਿਸ ਕਰਕੇ ਅੱਜ ਕੱਲ੍ਹ ਇਹ ਨੌਜਵਾਨ ਨੂੰ ਚਾਹੀਦਾ ਵੀ ਨਸ਼ਿਆਂ ਤੋਂ ਦੂਰ ਹੋ ਕੇ ਕੰਮ ਕਰੋ ਤੇ ਆਪਣਾ ਜੀਵਨ ਵਧੀਆ ਬਣਾਵੋ ਜਿਸ ਤਰ੍ਹਾਂ ਕਿ ਆਪਾਂ ਜਸਵੀਰ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਆ ਤੇ ਸਾਨੂੰ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ ਸਿੱਖ ਲੈਣਾ ਚਾਹੀਦਾ ਕਿ ਜੇਕਰ ਅਸੀਂ ਵਾਕੇ ਹੀ ਆਪਣੇ ਮੁਲਕ ਦੇ ਵਿੱਚ ਵੀ ਮਿਹਨਤ ਮਜ਼ਦੂਰੀ ਕਰਾਂਗੇ ਤੇ ਅਸੀਂ ਸਫਲ ਹੋ ਸਕਦੇ ਹਾਂ ਕੋਕੀ ਕਿਸੇ ਟਾਈਮ ਟਾਟਾ ਜਦੋਂ ਮੁੰਬਈ ਵਿੱਚ ਆਏ ਸੀ ਧੀਰੂਬਾਈ ਅੰਬਾਨੀ ਵਰਗੇ ਮੁੰਬਈ ਵਿੱਚ ਆਏ ਸੀ ਤਾਂ ਜ਼ੀਰੋ ਤੇ ਸੀ ਉਹ ਜ਼ੀਰੋ ਤੋਂ ਮਿਹਨਤ ਕੀਤੀ ਅੱਜ ਉਹ ਵਿਸ਼ਵ ਦੇ ਨਾਮੀ ਗ੍ਰਾਮੀ ਅਮੀਰ ਇਨ ਘਰਾਣਿਆਂ ਦੇ ਵਿੱਚੋਂ ਆਂਦੇ ਨੇ ਸੋ ਕੋਸ਼ਿਸ਼ ਕਰੋ ਹੌਸਲਾ ਨਾ ਹਾਰੋ ਮੈਦਾਨ ਨਾ ਛੱਡੋ ਮਿਹਨਤ 'ਚ ਯਕੀਨ ਰੱਖੋ ਜੇ ਮਿਹਨਤ 'ਚ ਯਕੀਨ ਰੱਖਾਂਗੇ ਤਾਂ ਇੱਕ ਦਿਨ ਸਫਲ ਹੋਵਾਂਗੇ ਮੈਂ ਤੇਵਲ ਸਿੰਘ ਰਾਜੋਣਾ ਨਾਲ ਕੈਮਰਾਮੈਨ ਅਮਰਜੀਤ ਸਿੰਘ ਕਲੇਰ ਡੀਟੀਵੀ ਪੰਜਾਬੀ ਧੰਨਵਾਦ